ਦੇਵ ਗੰਦਾਰੀ ਮਹਿਲਾ ਪੰਜਵਾ ਹਰ ਜਪ ਛੇਵਕ ਪਾਰ ਉਤਾਰਿਓ ਜੀਨ ਦਇਆਲ ਭੈ ਪ੍ਰਵ ਆਪਣੀ ਬਹੁੜ ਜਨਮ ਨਹੀਂ ਮਾਰਿਓ ਰਹਾਉ ਸਾਧ ਸੰਗਮ ਗੁਣ ਗਾਵੇਂ ਹਰ ਕੀ ਰਤਨ ਜਨਮ ਨਹੀਂ ਹਾਰੇਓ ਪ੍ਰਭ ਗੁਣ ਗਾਏ ਬਿਖੇ ਬੰਤ ਤਰਿਆ ਕੁਲ ਸਮੂਹ ਉਧਾਰੇਓ ਚਰਨ ਕਮਲ ਬਸਿਆ ਰਿਦ ਭੀਤਰ ਸਾਸ ਗਿਰਾਸ ਉਚਾਰਿਓ ਨਾਨਕ ਓਟ ਗਈ ਜਗਦੀਸ਼ਵਰ ਪੁਨਾ ਪੁਨਾ ਬਲੇਹਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਨੂੰ ਸਭ ਜੀਵਾਂ ਨੂੰ ਪਰਮਾਤਮਾ ਦੇ ਸਿਮਰਨ ਦੀ ਮਹਤਤਾ ਬੜੀਾਈ ਦਰਸਾਉਂਦੇ ਹਾਂ ਕਿਉਂਕਿ ਇਸ ਸੰਸਾਰ ਨੂੰ ਬੌਝਲ ਕਿਹਾ ਜਾਂਦਾ ਹੈ ਸਮੁੰਦਰ ਕਿਹਾ ਜਾਂਦਾ ਤੇ ਸਮੁੰਦਰ ਨੂੰ ਤਰਨ ਵਾਸਤੇ ਜਿਸ ਨੂੰ ਤਰਨਾ ਨਹੀਂ ਆਉਂਦਾ ਉਹਨੂੰ ਜਹਾਜ਼ ਦੀ ਬੇੜੀ ਦੀ ਲੋੜ ਪੈਂਦੀ ਤੇ ਸੰਸਾਰ ਸਮੁੰਦਰ ਨੂੰ ਤਰਨ ਦਾ ਕੀ ਤਰੀਕਾ ਹੈ ਸੰਸਾਰ ਸਮੁੰਦਰ ਨੂੰ ਤਰਨ ਦਾ ਤਰੀਕਾ ਹੈ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਤੋ ਗੁਰੂ ਅਰਜੁਨ ਦੇ ਬਾਦਸ਼ਾਹ ਪਰਮਾੰਦੇ ਨੇ ਸਿਮਰੋਂ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋ ਸਿਮਰੋਂ ਜਸ ਬਿਸੰਬਰ ਇਕੈ ਨਾਮ ਜਪਤ ਅਗਣਤ ਅਨੇਕੈ ਵੇਦ ਪੁਰਾਨ ਸਿਮਰਤ ਸੁਦਾਖਿਰ ਕੀਨੇ RAM ਨਾਮ ਇਕ ਆਖਿਰ ਕਿਨ ਕਾ ਏਕ ਜਿਸ ਜੀ ਬਸਾਵੇ ਤਾਂ ਕੀ ਮਹਾਂਗਨੀ ਨਾ ਆਵੇ ਸ਼ਾਂਤ ਜਨਮ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਜਿਵਾਇਓ ਸਰਬ ਸੂਖ ਹਰ ਨਾਮ ਬਡਾਈ ਗੁਰ ਪ੍ਰਸਾਦ ਨਾਨਕ ਗਤਿ ਪਾਈ ਤੋਂ ਗੁਰੂ ਪਾਤਸ਼ਾਹ ਫਰਮਾਉਂਦੇ ਨੇ ਹਰ ਜਪ ਸੇਵਕ ਪਾਰ ਉਤਾਰੇ ਹੁਣ ਦੇਖੋ ਜਪ ਦੇ ਪਪੇ ਨੂੰ ਸਿਆਰੀ ਲਗਾ ਮਾਤਰਾ ਦੀ ਮਹੱਤਤਾ ਦਰਸਾਉਣ ਲਈ ਬਾਰ ਬਾਰ ਇਹ ਦੱਸਣਾ ਪੈਂਦਾ ਕਿਉਂਕਿ ਸਰੋਤੇ ਜਨ ਪਾਠਕ ਜਨ ਕੋਈ ਚੀਜ਼ ਨੋਟ ਤੇ ਕਰਦੇ ਨਹੀਂ ਤੇ ਨੋਟ ਨਾ ਕਰਨ ਦੇ ਨਾਲ ਗੱਲ ਵਿਸਰ ਜਾਂਦੀ ਵਿਸਰ ਜਾਣ ਨਾਲ ਮਨੁੱਖ ਨੇ ਮੈਨੂੰ ਤਾਂ ਸਮਝ ਨਹੀਂ ਆਈ ਪਰ ਇਹ ਬਾਰ-ਬਾਰ ਸਮਝਾਉਣ ਨਾਲ ਹੀ ਸਮਝਾ ਸਕਦਾ ਗੁਰਬਾਣੀ ਵਿੱਚ ਜਪ ਅਖਰ ਤਿੰਨ ਰੂਪਾਂ ਵਿੱਚ ਆਉਂਦਾ ਇੱਕ ਜਪ ਪਪੇ ਨੂੰ ਔਂਕਰ ਨਾਲ ਜਿਵੇਂ ਮੂਲ ਮੰਤਰ ਤੋਂ ਬਾਅਦ ਜਪ ਆਉਂਦਾ ਔਰ ਉਹ ਜਪ ਦੋਹਾਂ ਪਾਸਿਆਂ ਤੋਂ ਬੰਦ ਕੀਤਾ ਗਿਆ ਪਹਿਲੇ ਵੀ ਦੋ ਡੰਡੀਆਂ ਲਾਈਆਂ ਨੇ ਅੱਗੇ ਵੀ ਦੋ ਡੰਡੀਆਂ ਲਾਈਆਂ ਨੇ ਉਹ ਜਪ ਪਪੇ ਨੂੰ ਔਂਕਰ ਵਾਲਾ ਉਹ ਜਪ ਨਾਉਨ ਹੈ ਬਾਣੀ ਦਾ ਨਾਮ ਹੈ ਪਰ ਅੱਗੇ ਜਾ ਕੇ ਜਪਜੀ ਸਾਹਿਬ ਵਿੱਚ ਉਹੀ ਜਪ ਪਾ ਮੁਕਤਾ ਵੀ ਆਉਂਦਾ ਉਹ ਹੈ ਅਸੰਖ ਜਪ ਅਸੰਖ ਪਾ ਉੱਥੇ ਜਪ ਪੱਪਾ ਔਂਕੜ ਹਟਣ ਕਰਕੇ ਪਲੂਰਲ ਬਹੁਵਚਨ ਹੋ ਗਈ ਤੇ ਇੱਥੇ ਜਪ ਦੇ ਪੱਪੇ ਨੂੰ ਸਿਆਰੀ ਇਹਦਾ ਮਤਲਬ ਹੈ ਜਪਨ ਕਰਕੇ ਹਰ ਜਪ ਹਰੀ ਦੇ ਜਪਨ ਕਰਕੇ ਹਰੀ ਦਾ ਨਾਮ ਸਿਮਰਨ ਕਰਨ ਕਰ। ਜਿਹੜਾ ਸੇਵਕ ਜਪਦਾ ਹੈ ਉਸ ਨੂੰ ਪਰਮਾਤਮਾ ਪਾਰ ਉਤਾਰਿਓ। ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ। ਹਰ ਜਪ ਸ਼ੇਵਕ ਪਰ ਉਤਾਰੇਓ ਦੇਖੋ ਮੈਨੂੰ ਤਰਨਾ ਨਹੀਂ ਆਉਂਦਾ ਤੁਹਾਨੂੰ ਤਰਨਾ ਨਹੀਂ ਆਉਂਦਾ ਤੇ ਆਖਰ ਸੰਸਾਰ ਸਮੁੰਦਰ ਨੂੰ ਤਰਨ ਵਾਸਤੇ ਫਿਰ ਕੀ ਤਰੀਕਾ ਫਿਰ ਜਹਾਜ਼ ਦਾ ਆਸਰਾ ਲਿਆ ਜਾ ਇਸੇ ਲਈ ਅਸੀਂ ਰੋਜ਼ ਪੜਦੇ ਆ ਵਾਹਿਗੁਰੂ ਨਾਮ ਜਹਾਜ਼ ਹੈ ਛੜੇ ਤੂੰ ਤਰੇ ਪਾਰ ਇੱਕ ਸਮਝਾਉਂਦਾ ਤਰੀਕਾ ਹੈ ਵਾਹਿਗੁਰੂ ਦਾ ਨਾਮ ਜਪਣਾ ਜਿਹੜਾ ਇਹ ਜਹਾਜ਼ ਉੱਤੇ ਚੜਨਾ ਜਿਸ ਤਰ੍ਹਾਂ ਇੱਕ ਜਹਾਜ਼ ਦੇ ਉੱਤੇ ਬੇੜੀ ਦੇ ਉੱਤੇ ਚੜ ਕੇ ਤੁਲੇ ਹੇਤੇ ਚੜ ਕੇ ਅਸੀਂ ਨਦੀ ਨੂੰ ਪਾਰ ਕਰ ਲੈਂਦੇ ਹਾਂ ਇਸੇ ਤਰ੍ਹਾਂ ਪਰਮਾਤਮਾ ਦੇ ਨਾਮ ਸਿਮਰਨ ਕਰਨ ਕਰਕੇ ਸਿਮਰਨ ਕਰਨ ਵਾਲੇ ਸੇਵਕ ਨੂੰ ਪਾਰ ਉਤਾਰਿਓ ਪਾਰ ਸੰਸਾਰ ਸਮੁੰਦਰ ਵਿੱਚ ਉਸ ਨੂੰ ਡੁੱਬਣ ਨਹੀਂ ਇਹ ਹਰੀ ਦਾ ਸਿਮਰਨ ਐਸਾ ਹੈ ਹਰ ਗੱਪ ਸੇਵਕ ਪਾਰ ਉਤਾਰਿਓ ਜਿਹੜਾ ਮਨ ਬਚਨ ਕਰਮ ਕਰਕੇ ਪਰਮਾਤਮਾ ਦਾ ਨਾਮ ਸਿਮਰਦਾ ਸਿਮਰਨ ਕਰਨ ਵਾਲੇ ਉੱਤੇ ਦੀਨ ਦੇ ਆਲ ਭੇ ਪ੍ਰਭ ਆਪਣੇ ਆਪਣੇ ਪ੍ਰਭੂ ਜੀ ਜੋ ਦੀਨਾਂ ਤੇ ਦਇਆ ਕਰਨ ਵਾਲੇ ਉਹ ਉਹਨਾਂ ਦੀਨਾਂ ਉੱਤੇ ਦਇਆਲ ਹੋ ਜਾਂਦੇ ਜਿਉਂ ਕੋਨਾਂ ਦਾ ਬਿਰਦ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਜਿਸ ਜਿਸ ਨੇ ਪਰਮਾਤਮਾ ਦੀ ਸ਼ਰਨ ਲੈ ਲਈ ਉਸ ਨੂੰ ਪਰਮਾਤਮਾ ਨੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਇੱਕ ਨਹੀਂ अनेका ਮਸਾਲਾ ਦੇ ਕੇ ਗੁਰਬਾਣੀ ਵਿੱਚ ਸਮਝਾਇਆ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਕੋ ਨਾਮ ਸਦਾ ਸੁਖ ਦਾਈ ਜਾ ਕੋ ਸਿਮਰ ਅਜਾਮਲ ਉਧਰੇਓ गन ਕਾ ਹੂੰ ਗਤ ਪਾਈ ਹੁਣ ਦੇਖੋ ਇਹ ਉਹਨਾਂ ਦੇ ਨਾਮ ਹਨ ਜਿਨ੍ਹਾਂ ਦਾ ਪਹਿਲਾ ਜੀਵਨ ਬਹੁਤ ਨਿੰਦਨੀ ਹੈ ਪਰ ਜਦੋਂ ਉਹਨਾਂ ਨੇ ਸਿਮਰਨ ਕੀਤਾ ਪ੍ਰਭੂ ਨੇ ਉਹਨਾਂ ਦੀ ਬਾਪ ਢੇ ਹੁਣ ਇੱਕ ਇੱਕ ਸਾਖੀ ਸੁਣਾਉਣ ਲੱਗੀ ਹੈ ਤੇ ਸਮਾਂ ਚਾਹੀਦਾ ਅਜਾ ਮਲ ਕੌਣ ਸੀ गनका कौन सी ਇਹਨਾਂ ਦਾ ਪਛੋਕੜ ਕੀ ਸੀ ਭਾਵੇਂ ਅਜਾਮਲ ਇੱਕ ਬ੍ਰਾਹਮਣ ਦਾ ਪੁੱਤਰ ਸੀ ਉਹਦਾ ਪਿਤਾ ਬੜਾ ਵਿਦਵਾਨ ਸੀ ਇਹ ਅਜਾਮਲ ਵੀ ਬੜਾ ਵਿਦਵਾਨ ਸੀ ਪਿਤਾ ਤੋਂ ਪਿਛੋਂ ਰਾਜੇ ਦੇ ਦਰਬਾਰ ਵਿੱਚ ਰਾਜ ਪੰਡਿਤ ਦੀ ਪਦਵੀ ਤੇ ਬੈਠਾ ਪਰ ਇੱਕ ਗਲਤੀ ਹੋ ਗਈ ਉਹ ਕੀ ਸੀ ਕਿ ਵਿਸ਼ਵਾਰੇ ਚਮਾਰੇ ਤੇ ਜਾਣ ਲੱਗ ਪਿਆ ਹੁਣ ਜਿਹੜਾ ਲੋਕਾਂ ਨੂੰ ਉਪਰੇਸ਼ ਕਰਦਾ ਹੋਵੇ ਤੇ ਆਪ ਵਿਸ਼ਵਾ ਦੇ ਚਵਾਰੇ ਤੇ ਜਾਏ ਉਹਦਾ ਪ੍ਰਭਾਵ ਕੀ ਰਹੇ ਤੋ ਹਰ ਸਾਖੀ ਦੇ ਪਿੱਛੇ ਇੱਕ ਬੜੀ ਵੱਡੀ ਸਿੱਖਿਆ ਲੁਕੀ ਹੋਈ ਗੁਰੂ ਤੇਗ ਬਹਾਦਰ ਜੀ ਨੇ ਪਰਮਾਤਮਾ ਦੇ ਸਿਮਰਨ ਦੀ ਮਹੱਤਤਾ ਸਮਝਾਉਣ ਲਈ ਇਹ ਹਵਾਲੇ ਦਿੱਤੇ ਹਰ ਕੋ ਨਾਮ ਸਦਾ ਸੁਖਦਾਈ ਜਾ ਕੋ ਸਿਮਰ ਅਜਾਮਲ ਉਧਰਿਓ ਗਨ ਕਾ ਹੂੰ ਗਤ ਪਾਈ ਗਨ ਕਾ ਵਿਸਵਾ ਨੂੰ ਕਹਿੰਦੇ ਨੇ ਜਿਹੜੀ ਗਨ ਬਹੁਤਿਆਂ ਦੀ ਕਾ ਕਾਮਣ ਇਸਤਰੀ ਹੋਣ ਹੁਣ ਵਿਸਵਾ ਦਾ ਕਿਤਾ ਕੀ ਹੈ profession ਕੀ ਹੈ ਪਰ ਉਸ ਗਨ ਕਾ ਦਾ ਉਧਾਰ ਕਿਵੇਂ ਹੋ ਗਿਆ ਉਸ ਨੂੰ ਇੱਕ ਮਹਾਤਮਾ ਪੁਰਸ਼ ਦੇ ਦਰਸ਼ਨ ਹੋ ਗਏ ਮਹਾਤਮਾ ਨੇ ਉਹਦੇ ਤੇ ਤਰਸ ਖਾਦਾ ਉਹਨੂੰ ਉਹ ਤੋਤਾ ਦੇ ਦਿੱਤਾ ਜਿਸ ਨੂੰ ਰਾਮ ਰਾਮ ਕਹਿਣਾ ਸਿਖਾਇਆ ਸੀ ਤੇ ਉਸ ਗਨਕਾ ਨੂੰ ਰਾਮ ਦੇ ਨਾਮ ਦਾ ਉਪਦੇਸ਼ ਦੇ ਕੇ ਮਹਾਤਮਾ ਚਲੇ ਗਏ ਪਰ ਉਸ ਗਨਕਾ ਨੇ ਐਨੀ ਜੜਤਾ ਦੇ ਨਾਲ ਪਰਮਾਤਮਾ ਦੇ ਨਾਮ ਦਾ ਸਿਮਨ ਕੀਤਾ ਕਿ ਉਹ ਵੀ ਸੰਸਾਰ ਸਮੁੰਦਰ ਤੋਂ ਉਤਰ ਕੇ ਹਰ ਕੋ ਨਾਮ ਸਦਾ ਸੁਖਦਾਈ ਜਾ ਕੋ ਸਿਮਰ ਅਜਾ ਮਲ ਉਧਰਿਓ ਗਨ ਕਾ ਹੂੰ ਗਤ ਪਾਈ ਪੰਚਾਲੀ ਕੋ ਰਾਜ ਸਭਾ ਮੈਂ ਹੁਣ ਪੰਚਾਲੀ ਕੌਣ ਸੀ ਪੰਚਾਲ ਦੇਸ਼ ਦੇ ਰਾਜੇ ਦੀ ਲੜਕੀ ਜਿਸ ਦਾ ਨਾਮ ਦਰੁਪਤੀ ਸੀ ਤਥਾ ਕਈ ਵਿਦਵਾਨਾਂ ਨੇ ਪੰਚਾਲੀ ਦੇ ਅਰਥ ਕੀਤੇ ਨੇ ਪੰਨਾਂ ਦੀ ਇਸਤਰੀ ਅਸ਼ੀਸ਼ ਬੈਸ ਵਿੱਚ ਨਹੀਂ ਪੈ ਪਰ ਪੰਚਾਲੀ ਦੇ ਅਖਰੀ ਅਰਥ ਦ੍ਰੋਪਦੀ ਹਨ ਉਹਨੂੰ ਕਿਸ ਤਰ੍ਹਾਂ ਦੀ ਮੁਸ਼ਕਲ ਮੁਸੀਬਤ ਪਈ ਕਿ ਦੁਰਯੋਧਨ ਨੇ ਹੁਕਮ ਕਰ ਦਿੱਤਾ ਕਿ ਦ੍ਰੋਪਦੀ ਨੂੰ ਪ੍ਰੀ ਸਭਾ ਵਿੱਚ ਲਿਆ ਕੇ ਬਸਰ ਬਹੀਨ ਕੀਤਾ ਜਾਏ ਨਗਨ ਕੀਤਾ ਇਕ ਇਸਤਰੀ ਵਾਸਤੇ ਕਿੰਨਾ ਮੁਸ਼ਕਲ ਦਾ ਸਮਾ ਹੈ ਜਦੋਂ ਦ੍ਰੋਪਤੀ ਨੇ ਦੇਖਿਆ ਇਸ ਸਭਾ ਵਿੱਚ ਸਾਰੇ ਅੰਨੇ ਬੈਠੇ ਨੇ ਕੋਈ ਮੇਰੇ ਹੱਕ ਵਿੱਚ ਆਵਾਜ਼ ਨਹੀਂ ਉਠਾ ਰਿਹਾ ਨਾ ਉਹਦੇ ਪੰਜੀ ਪਤੀ ਨਾ ਪੀਸ਼ਮ ਪਤਾਮਾ ਨਾ ਗੁਰੂ ਦਰੋਣਾਚ ਕਹਿੰਦੇ ਨੇ ਉਸ ਵੇਲੇ ਉਸਨੇ ਪਰਮਾਤਮਾ ਦਾ ਸਿਮਰਨ ਕੀਤਾ 45 ਕੋ ਰਾਜ ਸਭਾ ਮੈਂ RAM ਨਾਮ ਸੁਧਾਈ ਤਾ ਕੋ ਦੂਖ ਹਰਿਓ ਕਰुणा ਮੈਂ ਆਪਣੀ ਪਹਿਜ ਵਡਾਈ ਗੱਲ ਕੀ ਇਸ ਤਰ੍ਹਾਂ ਦੇ ਪਰਮਾਨ ਦੇ ਕੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਪਿਆਰਿਓ ਜੇ ਨਰ ਜਸ ਕਿਰਪਾ ਨਿਤ ਗਾਇਓ ਤਾ ਕੋ ਭੈ ਹੋ ਸਹਾਈ ਕੋਹ ਨਾਨਕ ਮੈਂ ਇਹੀ ভরਸ ਹੈ ਗਈ ਆਨ ਸਰਨਾਈ ਤੋਂ ਸ਼ਬਦ ਦੀ ਪਹਿਲੀ ਪੰਕਤੀ ਜੋ ਰਹਾਉ ਦੀ ਪੰਕਤੀ ਹੈ ਉਸ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ ਹਰ ਜਪ ਸੇਵਕ ਪਾਰ ਉਤਾਰਿਓ ਹਰੀ ਦੇ ਜਪਣ ਕਰਕੇ ਹਰੀ ਦਾ ਸਿਮਨ ਕਰਨ ਕਰ ਜਿਸ ਸੇਵਕ ਨੇ ਹਰੀ ਦਾ ਸਿਮਰਨ ਕੀਤਾ ਉਸ ਨੂੰ ਸਿਮਰਨ ਨੇ ਪਾਰ ਉਤਾਰੇ ਭਾਵ ਸੰਸਾਰ ਸਮੁੰਦਰ ਵਿੱਚ ਡੁੱਬਣ ਨਹੀਂ ਦਿੱਤਾ ਦੀਨ ਦਇਆਲ ਬਹੇ ਪ੍ਰਭ ਆਪਣੇ ਬਹੁੜ ਜਨਮ ਨਹੀਂ ਮਾਰਿਓ ਉਹਦੇ ਉੱਤੇ ਆਪਣੇ ਵਾਹਿਗੁਰੂ ਜੀ ਦਇਆਲ ਹੋਵੇ ਪ੍ਰਭ ਆਪਣੇ ਦਾ ਮਤਲਬ ਆਪਣੇ ਪ੍ਰਭੂ ਜੀ ਹੁਣ ਹੈ ਤੇ ਸਭ ਦੇ ਆਪਣੇ ਪਰ ਕੋਈ ਮੰਨੇ ਤਾਂ ਨਹੀਂ ਜਿਨ੍ਹਾਂ ਨੇ ਮੰਨਿਆ ਉਹਨਾਂ ਨੇ ਤਾਂ ਐਨੇ ਨਿਸ਼ਚੇ ਨਾਲ ਕਿਹਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਤਾਂ ਕਿ ਅਸੀਂ ਇਸ ਤਰ੍ਹਾਂ ਮੰਨਦੇ ਹਰ ਜਪ ਸੇਵਕ ਪਾਰ ਉਤਾਰੇਓ ਦੀਨ ਦਇਆਲ ਭਏ ਪ੍ਰਭਿ ਆਪਣੀ ਬਹੁੜ ਜਨਮ ਨਹੀਂ ਮਾਰਿਓ ਉਹਨਾਂ ਨੂੰ ਫਿਰ ਦੁਬਾਰਾ ਜਮਨ ਮਰਨ ਦੇ ਚੱਕਰ ਵਿੱਚ ਨਹੀਂ ਪੈਣਾ। তথা ਉਹਨਾਂ ਦਾ छुटਕਾਰਾ ਹੋ ਜਾਂਦਾ। ਉਹ ਦੋਹਾਂ ਤੋਂ ਵੱਜ ਜਾਂਦੇ। ਜਨਮ ਮਰਨ ਤੋਂ ਹੂੰ ਮੈਂ ਨਹੀਂ। ਉਹਨਾਂ ਨੂੰ ਫਿਰ ਜਮਨ ਮਰਨ ਦਾ ਚੱਕਰ ਨਹੀਂ ਮੈ। ਕਿਵੇਂ ਜਿਉ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਾਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਗੁਰਬਾਨ ਹਰ ਜਪ ਸੇਵਕ ਪਾਰ ਉਤਾਰੇਉ ਜੀਨ ਦਇਆਲ ਭੈ ਪ੍ਰਭ ਆਪਣੇ ਬਹੁੜ ਜਨਮ ਨਹੀਂ ਮਾਰਿਉ ਰਾਹ ਪਰ ਜਿਨ੍ਹਾਂ ਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ ਉਹ ਕੀ ਕਰਦੇ ਹਨ ਉਹਨਾਂ ਦਾ ਨਿਤ ਕਰਮ ਉਹਨਾਂ ਦੀ ਜੀਵਨ ਦੀ ਦਿਨਚਰਿਆ ਕੈਸੀ ਹੁੰਦੀ ਸਾਧ ਸੰਗਮ ਗੁਣ ਗਾਵੈ ਹਰ ਕੇ ਉਹ ਵੱਧ ਤੋਂ ਵੱਧ ਸਮਾ ਸਾਧ ਸੰਗਮ ਸੰਗਮ ਦੇ ਮਮੇ ਨੂੰ ਸ਼ਹਿਰੀ ਜਿੱਥੇ ਸਾਧ ਸੰਗਤ ਜੁੜੀ ਹੋਵੇ ਉਸ ਸਾਧ ਸੰਗਤ ਵਿੱਚ ਮਿਲ ਕੇ ਗੁਣ ਗਾਵੇਂ ਹਰ ਕੇ ਪਰਮਾਤਮਾ ਦੀ ਕੀਰਤੀ ਕਰਦੇ ਹਨ ਪਰਮਾਤਮਾ ਦੀ ਕੀਰਤੀ ਸੁਣਦੇ ਹਨ ਮਹਾਰਾਜ ਤੇ ਸਾਨੂੰ ਰੋਜ਼ ਮੱਤ ਦਿੰਦੇ ਨੇ ਪਿਆਰਿਓ ਤੁਸੀਂ ਵੀ ਆਪਣੇ ਮਨ ਨੂੰ ਸਮਝਾਓ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਜਾ ਕੀ ਸ਼ਰਨ ਪਿਆ ਸੁਖ ਪਾਈਐ ਬਾਹਰ ਦੁੱਖ ਨਾ ਹੋਈ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਤ ਦੁਰਮਤ ਖੋਈ ਤਿੰਨ ਕੀ ਧੂਰ ਨਾਨਕ ਦਾਸ ਬੰਚੈ ਜਿਨ ਹਰ ਨਾਮ ਹਿਰਦੈ ਵਸੋਈ ਅਖਾ ਜਿਨਾਂ ਤੇ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ ਸਾਧ ਸੰਗਮ ਗੁਣ ਗਾਵੇ ਹਰ ਕੀ ਉਹ ਤਾਂ ਗੁਰੂ ਦੀ ਸੰਗਤ ਵਿੱਚ ਮਿਲ ਕੇ ਸਾਧ ਸੰਗਤ ਵਿੱਚ ਮਿਲ ਕੇ ਹਰੀ ਦੇ ਗੁਣ ਗਾਇਨ ਕਰਦੇ ਉਹਦੀ ਕੀਰਤੀ ਕਰਦੇ ਹਨ ਕੀਰਤੀ ਸੁਣਦੇ ਹਨ ਸਿੱਖ ਧਰਮ ਦੇ ਅੰਦਰ ਇਹਨਾਂ ਦੁਹਾਵਾਂ ਕੰਮਾਂ ਦੀ ਬੜੀ ਮਹਾਨਤਾ ਜਗਤ ਜਗਤ ਤੇ ਬਾਣੀ ਵਿੱਚ ਫਰਮਾਇਆ ਹੈ ਜੋ ਜੋ ਕਥਾ ਸੁਨੇ ਹਰ ਕੀਰਤਨ ਤਾਕੀ ਦੁਰਮਤ ਨਾਸ ਸਗਲ ਮਨੋਰਤ ਪਾਵੇ ਨਾਨਕ ਪੂਰਨ ਹੋਵੇ ਆਸ ਇਸ ਖੋਟੀ ਮਤ ਨੂੰ ਹਟਾਉਣ ਵਾਸਤੇ ਹੋਰ ਕੋਈ ਤਰੀਕਾ ਹੀ ਨਹੀਂ ਰੋਜ਼ ਅਬਦੀ ਸਾਜ ਪੜਦੇ ਆ ਭਰੀਏ ਹੱਥ ਪੈਰ ਤਨ ਝੇ ਪਾਣੀ ਤੋ ਤੇ ਉਤਰ ਸਖੇ ਮੂਤ ਪਲੀਤੀ ਕਪੜ ਹੋਏ ਦੇ ਸਾਬੂਨ ਲਈਏ ਉਹ ਤੋਹੇ ਭਰੀਏ ਮਤ ਪਾਪਾਂ ਕੇ ਸੰਗ ਉਹ ਤੋ ਪੈ ਨਾਵੇਂ ਕੇ ਰੰਗ ਸਾਧ ਸੰਗਮ ਗੁਣ ਗਾਵੈ ਹਰ ਕੇ ਉਹ ਗੁਰੂ ਦੀ ਸੰਗਤ ਵਿੱਚ ਬਹਿ ਕੇ ਹਰੀ ਦੇ ਗੁਣ ਗਾਇਨ ਕਰਦੇ ਕੀਰਤਨ ਕੀ ਹੈ ਹਰੀ ਦੀ ਕੀਰਤੀ ਕਰਨੀ ਨਿਤ ਉਠ ਗਾਵੋ ਪ੍ਰਭ ਕੀ ਬਾਣੀ ਭਾਈ ਪ੍ਰਾਤ ਕਾਲ ਹਰ ਨਾਮ ਉਚਾਰੀ ਈਤ ਊਤ ਕੀ ਓਟ ਸਵਾਰੀ ਸਦਾ ਸਦਾ ਜਪੀਏ ਹਰ ਨਾਮ ਪੂਰਨ ਹੋਵੇ ਮਨ ਕੀ ਕਾ ਤੋ ਗੁਰੂ ਪਾਤਸ਼ਾਹ ਬੜੇ ਤਰੀਕੇ ਨਾਲ ਬੜੇ ਸਰਲ ਸ਼ਬਦਾਂ ਵਿੱਚ ਸਮਝਾਉਂਦੇ ਜਿਹੜੇ ਵਾਗੁਰੂ ਦੇ ਸੇਵਕ ਬਣ ਜਾਂਦੇ ਨੇ ਜਿਨ੍ਹਾਂ ਤੇ ਵਾਹਿਗੁਰੂ ਟੁੱਟ ਪੈਂਦਾ ਹੈ ਉਹਨਾਂ ਦੀ ਪਛਾਣ ਇਹ ਹੈ ਸਾਧ ਸੰਗਮ ਗੁਣ ਗਾਵੈ ਹਰ ਕੀ ਰਤਨ ਜਨਮ ਨਹੀਂ ਹਾਰੇ ਹੋ ਇਸ ਮਨੁੱਖਾ ਜਨਮ ਨੂੰ ਰਤਨ ਜਨਮ ਕੇ ਉਹ ਆਪਣੇ ਰਤਨ ਜਨਮ ਨੂੰ ਸਫਲ ਕਰ ਲੈਂਦੇ ਨੇ ਜਿੱਤ ਲੈਂਦੇ ਨੇ ਹਾਰਦੇ ਪਰ ਅਸੀਂ ਕੀ ਕਰਦੇ ਬੈੜੀ ਸੰਗਤ ਕਰਦੇ ਆ ਵਿਸ਼ੇ ਵਿਕਾਰਾਂ ਵਿੱਚ ਪੈ ਕੇ ਆਪਣੇ ਜਨਮ ਨੂੰ ਕੋਡੀਆਂ ਦੇ ਬਦਲੇ ਹਰ ਫਿਰ ਪਾਤਸ਼ਕ ਨੇ ਪ੍ਰਭ ਗੁਣ ਗਾਏ ਬਿਖੇ ਬਨ ਤਰਿਆ ਕੁਲਾ ਸਮੂਹ ਉਡਾਰੇਉ ਪ੍ਰਭੂ ਦੇ ਗੁਣ ਗਾਗਾ ਕੇ ਬਿਖੇ ਬਨ ਤਰੇ ਵਿਸ਼ੇ ਵਿਕਾਰਾਂ ਦਾ ਜਿਹੜਾ ਇਹ ਜੰਗਲ ਹੈ ਵਿਸ਼ੇ ਵਿਕਾਰਾਂ ਦਾ ਜਿਹੜਾ ਇਹ ਜ਼ਹਿਰ ਹੈ ਵਿਸ਼ੇ ਵਿਕਾਰਾਂ ਦਾ ਭਰਿਆ ਇਹ ਜਿਹੜਾ ਸਮੁੰਦਰ ਹੈ ਇਹਦੇ ਤੋਂ ਤਰ ਜਾਂਦੇ ਹੋਰ ਕੋਈ ਤਰੀਕਾ ਨਹੀਂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹੀ ਤਰੀਕਾ ਦੱਸਿਆ ਨਿਤ ਉੱਠ ਗਾਓ ਪ੍ਰਭ ਕੀ ਬਾਣੀ ਅਕਨਿਤ ਆਪ੍ਰਤੀਓਸ ਪਰਮਾਤਮਾ ਦੀ ਸ਼ਿਬਸ਼ਲਾ ਦੀ ਬਾਣੀ ਖਾਓ ਪ੍ਰਭ ਗੁਣ ਗਾਏ ਬਖੇ ਬਨ ਤਰਿਆ ਕੁਲਾ ਸਮੂ ਉਧਾਰੇ ਹੋ ਤੇ ਜਿਹੜਾ ਆਪ ਤਰਦਾ ਹੈ ਉਹ ਫਿਰ ਆਪਣੀਆਂ ਕਈ ਕੁਲਾ ਨੂੰ ਉਧਾਰ ਦਿੰਦਾ ਬਾਣੀ ਵਿੱਚ ਹਰ ਗੱਲ ਸਮਝਾਈ ਗੁਰਮੁਖ ਕੋਟ ਉਧਾਰਦਾ ਦੇ ਨਾਮੇ ਇੱਕ ਕਣੀ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਆਪ ਤਰੇ ਸੰਗੀ ਕੁਲ ਤਾਰੇ ਤੋ ਸਮੂਹ ਕੋ ਲਾਂ ਗਿਆ ਆਮ ਤੌਰ ਤੇ ਬਾਣੀ ਵਿੱਚ 21 ਕੁਲਾਂ ਦਾ ਜ਼ਿਕਰ ਆਇਆ ਜਿਵੇਂ ਸਤ ਨਾਨਕਿਆਂ ਦੀਆਂ ਸਤ ਦਾਦਕਿਆਂ ਦੀਆਂ ਸਤ ਸਹੁਰਿਆਂ ਦੀ ਇੱਕ ਮਿਸਾਲ ਹੈ ਸਮਝਾਉਣ ਦਾ ਤਰੀਕਾ ਹੈ ਇੱਕ ਗੁਰਮੁਖ ਬੰਦਾ ਨਾਮ ਜਪਣ ਵਾਲਾ ਪਤਾ ਨਹੀਂ ਕਿੰਨੇ ਲੋਕਾਂ ਦਾ ਉਧਾਰ ਕਰ ਦਿੰਦਾ ਜਿਹੜੇ ਜਿਹੜੇ ਉਹਦੀ ਸੰਗਤ ਵਿੱਚ ਉਹਦੇ ਸੰਪਰਕ ਵਿੱਚ ਆਉਂਦੇ ਨੇ ਉਹਨਾਂ ਉਹਨਾਂ ਨੂੰ ਪਰਮਾਤਮਾ ਨਾਲ ਜੋੜ ਦਿੰਦਾ ਕਉ ਪ੍ਰਭ ਗੁਣ ਗਾਏ ਬਿਖੇ ਬਨ ਤਰਿਆ ਕੁਲਾ ਸਮੂ ਉਧਾਰੇਉ ਇਹਨੂੰ ਕੁਲਾ ਨਹੀਂ ਕਹਿਣਾ ਕੁਲਾ ਸਭੂ ਕੁਲਾ ਦਾ ਉਧਾਰ ਕਰਨ ਚਰਨ ਕਮਲ ਬਸਿਆਰੇ ਦੇ ਭੀਤਰ ਸਾਸ ਗਿਰਾਸ ਉਚਾਰੇਉ ਤੇ ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਚਰਨ ਕਮਲ ਪਰਮਾਤਮਾ ਦੇ ਚਰਨ ਕਮਲ ਫਸ ਕੇ ਉਦੀ ਪਛਾਣ ਕੀ ਹੈ ਕਹਿੰਦੇ ਸਾਸ ਗਿਰਾਸ ਉਚਾਰਿਓ ਸਾਸ ਸਵਾਸਤਾ ਬਾਹਰ ਆਉਣਾ ਗਿਰਾਸ ਸਵਾਸਤਾ ਅੰਦਰ ਜਾਣਾ ਉਹ ਤਾਂ ਫਿਰ ਉਠਤ ਬੈਠਤ ਸੋਬਤ ਨਾਮ ਹਰ ਜਨ ਕੇ ਹਿਰਦੇ ਸਰ ਉਹ ਤਾਂ ਹਰ ਮਿਲੇ ਪਰਮਾਤਮਾ ਦਾ ਸਿਮਰਨ ਕਰੇ ਇਸੇ ਲਈ ਮਹਾਰਾਜ ਕਹਿੰਦੇ ਨੇ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਤਨ ਕੇ ਪਰ ਲੈ ਹੋ ਪੰਡਾਰ ਨਾਨਕ ਗੁਰ ਪੂਰੇ ਨਮਸਕਾਰ ਚਰਨ ਕਮਲ ਬਸਿਆਰੇ ਦੇ ਭੀਤਰ ਸਾਸ ਗਿਰਾਸ ਉਚਾਰਿਓ ਨਾਨਕ ਓਟ ਗਈ ਜਗਦੀਸੁਰ ਪੁਨਾ ਪੁਨਾ ਬਲੇ ਹਾਰੇਓ ਆਖਿਆ ਜਿਨਾਂ ਨੇ ਓਟ ਗਈ ਜਗਦੀਸੁਰ ਨਾਨਕ ਜੀ ਫਰਮਾਉਂਦੇ ਹਨ ਜਿਨ੍ਹਾਂ ਨੇ ਉਸ ਜਗਦੀਸ਼ਰ ਦੀ ਜੋ જગਤ ਦਾ ਈਸ਼ਵਰ ਮਾਲਕ ਉਹਦੀ ਓਟ ਲੈ ਲਈ ਪੁਨਾ ਪੁਨਾ ਬਲੇ ਹਾਰੇ ਇਹਦੇ ਦੋਵੇਂ ਅਰਥ ਵਿਦਵਾਨਾਂ ਨੇ ਕੀਤੇ ਨੇ ਉਹ ਬਾਰ-ਬਾਰ ਪ੍ਰਮਾਤਮਾ ਨੂੰ ਨਮਸਕਾਰ ਕਰਦੇ ਨੇ tatha ਗੁਰੂ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਨੂੰ ਬਾਰ-ਬਾਰ ਨਮਸਕਾਰ ਕਰ ਜਿਨ੍ਹਾਂ ਨੇ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰੇ ਹੁਣ ਸ਼ਬਦ ਤੇ ਬੜਾ ਸੰਖੇਪ ਸਰਲ ਤੇ ਸੌਖਾ ਪਰ ਜਿਹੜੀ ਸ਼ਬਦ ਤੂੰ ਸਿੱਖਿਆ ਮਿਲਦੀ ਹੈ ਉਹਨੂੰ ਆਪਾਂ ਨੇ ਪੱਲੇ ਬੰਨਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ